ਭਾਵੇਂ ਕਿ ਕਰੋਨਾ ਦਾ ਕਹਿਰ ਅਜੇ ਥੰਮਿਆ ਨਹੀਂ ਪਰ ਦੇਸ਼ ਦੀ ਆਰਥਿਕਤਾ ਤੇ ਹੋ ਰਹੇ ਚੱਕੇ ਜਾਮ ਅਤੇ ਲੋਕਾਂ ਦੀ ਮਜਬੂਰੀ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਵੱਲੋਂ ਜਿੱਥੇ ਕਰਫਿਊ ਖੋਲ੍ਹ ਦਿੱਤਾ ਗਿਆ ਉੱਥੇ ਹੀ ਕੁਝ ਨਿਯਮਾਂ ਤਹਿਤ ਆਮ ਲੋਕਾਂ ਨੂੰ ਢਿੱਲ ਤੇ ਰਾਹਤ ਵੀ ਦਿੱਤੀ ਗਈ ਪਰ ਇਹ ਰਾਹਤ ਹੁਣ ਆਫਤਬੰਦੀ ਦਿਖਾਈ ਦੇ ਰਹੀ ਹੈ। ਖਬਰ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਭੈਣੀ ਕੰਬੋਆਂ ਤੋਂ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਵਜੋਤ ਸਿੰਘ ਜਰਗ ਦੀ ਅਗਵਾਈ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਾਰਟੀ ਕੋਰ ਕਮੇਟੀ ਦੀ ਚੇਅਰਮੈਨ ਤੇ ਹਲਕਾ ਬੁਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਅਬਜ਼ਰਵਰ ਮਹਿੰਦਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਭਾਸ਼ਣ ਦੇ ਦੌਰਾਨ ਆਏ ਮੁੱਖ ਮਹਿਮਾਨਾਂ ਸਮੇਤ ਵੱਖ ਵੱਖ ਬੁਲਾਰਿਆਂ ਨੇ ਜਿੱਥੇ ਕੇਜਰੀਵਾਲ ਦੇ ਸੋਹਲੇ ਗਾਏ ਉੱਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਜੰਮ ਕੇ ਪੰਡਿਆ। 100 ਤੋਂ ਜ਼ਿਆਦਾ ਲੋਕਾਂ ਦੀ ਇਸ ਮੀਟਿੰਗ ਨੂੰ ਸੰਬੋਧਨ ਕਰਨ ਵਾਲੇ ਮੁੱਖ ਮਹਿਮਾਨ ਪ੍ਰਿੰਸੀਪਲ ਬੁੱਧ ਰਾਮ ਤੋਂ ਜਦੋਂ ਪੱਤਰਕਾਰਾਂ ਨੇ ਸਰਕਾਰੀ ਹਦਾਇਤਾਂ ਅਤੇ ਸੋਸ਼ਲ ਡਿਸਟੈਂਸਿੰਗ ਬਾਰੇ ਪੁੱਛਿਆ ਤਾਂ ਉਹਨਾਂ ਨੇ ਬੜੀ ਸੰਜੀਦਗੀ ਨਾਲ ਜਵਾਬ ਦੇਣ ਦੀ ਬਜਾਏ ਉਲਟਾ ਕੋਰੋਨਾ ਮਹਾਮਾਰੀ ਦੌਰਾਨ ਆਪਣੀਆਂ ਜਾਨਾਂ ਜੋਖਿਮ 'ਚ ਪਾ ਕੇ ਲੋਕਾਂ ਤੱਕ ਹਰ ਖਬਰ ਪਹੁੰਚਾਉਣ ਲਈ ਫਰੰਟ ਲਾਈਨ ਤੇ ਲੜ ਰਹੇ ਪੱਤਰਕਾਰਾਂ ਨੂੰ ਹੀ ਸਵਾਲ ਕਰ ਦਿੱਤਾ ਕਿ ਤੁਸੀਂ ਵੀ ਤਾਂ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰ ਰਹੇ ਹੋ ਜਦਕਿ ਮੀਡੀਆ ਕਰਮੀਆਂ ਦੀ ਤਾਂ ਖਬਰ ਲਈ ਕਵਰੇਜ ਕਰਨ ਦੀ ਮਜਬੂਰੀ ਹੁੰਦੀ ਹੈ। ਇੱਕ ਪਾਸੇ ਤਾਂ ਦੇਸ਼ ਮਹਾਮਾਰੀ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਲੋਕਾਂ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਿਸ਼ਨ 2022 ਆਰੰਭ ਦਿੱਤਾ ਗਿਆ ਹੈ। ਹੁਣ ਸਵਾਲ ਇਹ ਬਣਦਾ ਹੈ ਕਿ ਲੋਕਾਂ ਦੀ ਜਾਨ ਜੋਖਮ ਵਿੱਚ ਪਾ ਕੇ ਇਹ ਸਿਆਸੀ ਡਰਾਮੇ ਇਸੇ ਤਰ੍ਹਾਂ ਜਾਰੀ ਰਹਿਣਗੇ ਜਾਂ ਫਿਰ ਸਰਕਾਰ ਆਮ ਲੋਕਾਂ ਦੀ ਜਾਨ ਦੀ ਸਲਾਮਤੀ ਲਈ ਕੁਝ ਠੋਸ ਕਦਮ ਚੁੱਕੇਗੀ। ਗੱਲ ਇਹ ਹੈ ਕਰੋਨਾ ਵਾਇਰਸ ਬਾਕੀ ਬਹੁਤ ਭਿਆਨਕ ਹੈ। ਸਾਰੇ ਲੋਕਾਂ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਕਰੋਨਾ ਦੇ ਸੰਕਟ ਸਮੇਂ ਵੀ ਅਸੀਂ ਕਾਲ ਕਰਕੇ ਸਾਨੂੰ ਕੀਤਾ ਹੋਇਆ, ਪਰੰਤੂ ਅਸੀਂ ਹੁਣ ਜਿਹੜੇ ਲੋਕ ਇਹਨਾਂ ਨੇ ਕਰੋਨਾ ਦੇ ਵਿੱਚੋਂ ਰਾਹ ਦਿੱਤੀ ਹੈ ਵੀ ਤੁਸੀਂ ਆਪਣੇ ਕੰਮ ਧੰਦੇ ਕਰੋ, ਆਪਣੇ ਬਕਾਇਦਾ ਤੁਸੀਂ ਸੋਸ਼ਲ ਡਿਸਟੈਂਸ ਰੱਖੋ। ਅੱਜ ਠੀਕ ਹੈ ਵੀ ਅਸੀਂ ਪਾਰਟੀ ਦੇ ਵਿੱਚ ਅਸੀਂ ਮੀਟਿੰਗ ਵਿੱਚ ਆਏ ਸੀਗੇ ਔਰ ਪਾਰਟੀ ਹਰੇਕ ਨੂੰ ਅਸੀਂ ਹਦਾਇਤ ਵੀ ਕੀਤੀ ਸੀ ਅਤੇ ਲੋਕਾਂ ਨੇ ਵੱਧ ਤੋਂ ਵੱਧ ਪਿੱਛੇ ਜਿਹੇ ਹੈਗੇ ਨੇ ਉਹਨਾਂ ਨੇ ਆਪਣਾ ਨਹੀਂ ਅਸੀਂ ਕਹਿੰਦੇ ਰਹਿੰਦੇ ਹਾਂ। ਦੇਖੋ ਹੁਣ ਗੱਲਾਂ ਬਾਤ ਕਰਦੇ ਰਹਿੰਦੇ ਹਾਂ ਕਈ ਵਾਰੀ ਥੱਲੇ ਜਦੋਂ ਬੋਲਦੇ ਹਾਂ ਉਦੋਂ ਆਵਾਜ਼ ਦੇ ਵਿੱਚ ਕਈ ਵਾਰੀ ਅਸੀਂ ਆਪਣਾ ਕਰਦੇ ਹਾਂ ਬਕਾਇਦਾ ਵਿੱਚ ਮੈਂ ਰੱਖਿਆ ਹੋਇਆ ਸੀ ਲੋਕਾਂ ਨੂੰ ਹੁਣ ਵੀ ਬੇਨਤੀ ਕਰ ਤੁਹਾਡੇ ਜ਼ਰੀਏ ਕਿ ਬਗੈਰ ਦੇਖੋ ਇਹ ਤਿੰਨ ਗੱਲਾਂ ਵੱਡੀਆਂ ਕਰਨੀਆਂ ਨੇ, ਮੂੰਹ 'ਤੇ ਮਾਸਕ ਲਾਉਣਾ ਹੈ, ਸੈਨੇਟਾਈਜ਼ ਦੀ ਵਰਤੋਂ ਕਰਨੀ ਹੈ ਔਰ ਵੱਧ ਤੋਂ ਵੱਧ ਡਿਫਰੈਂਸ ਰੱਖ ਕੇ ਆਪਾਂ ਇਹ ਗੱਲਾਂ ਕਹਿਣ ਦੀ ਨੇ ਜਾਂ ਕਰਨ ਦੀ ਅਸੀਂ ਜੇਲ੍ਹ ਤੁਸੀਂ ਸਾਰੇ ਡਰ ਗਏ ਪਰ ਕਿਤੇ ਸੋਸ਼ਲ ਡਿਸਟੈਂਸ ਨਹੀਂ ਆਪਾਂ ਨੂੰ ਦਿਸੂ ਜੀ। ਅੱਜ ਦੇਖੋ ਤੁਸੀਂ ਵਿੱਚ ਬੈਠੇ ਹੋ ਤੁਸੀਂ ਵੀ ਚੱਕਰ ਕੇ ਹਾਂ ਉਹ ਸਾਡੇ ਕੀ ਗੱਲ ਹੈ ਸੋ ਹਾਂ ਸੋ ਇਸੇ ਗੱਲ ਹੈ ਅਸੀਂ ਬੇਨਤੀ ਕਰਦੇ ਹਾਂ ਕਿਉਂਕਿ ਕਈ ਵਾਰੀ ਕੋਈ ਇਸ ਤਰ੍ਹਾਂ ਦੀ ਜਗ੍ਹਾ ਦੇ ਵਿੱਚ ਅੱਛੇ ਕੋਈ ਮੀਟਿੰਗ ਹੁੰਦੀ ਹੈ ਉੱਥੇ ਅਸੀਂ ਬਾਹਰੋਂ ਆਇਆ ਕੋਈ ਨੇੜੇ ਤੇਰੇ ਬੰਦੇ ਆ ਜਾਂਦੇ ਨੇ ਆਮ ਤੌਰ 'ਤੇ ਅਸੀਂ ਵਗੈਰਾ ਐਮ ਐਲ ਏ ਬੁਢਲਾਡਾ ਅਤੇ ਚੇਅਰਮੈਨ ਕੋਰ ਕਮੇਟੀ ਪ੍ਰਿੰਸੀਪਲ ਬੁੱਧ ਰਾਮ ਜੀ ਅਤੇ ਉਹਨਾਂ ਦੇ ਨਾਲ ਸਰਦਾਰ ਮਹਿੰਦਰ ਸਿੰਘ ਜੀ ਸਿੱਧੂ ਜਿਹੜੇ ਇੱਥੇ ਦੇ ਅਬਜ਼ਰਵਰ ਨੇ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਉਹਨਾਂ ਵੱਲੋਂ ਵਲੰਟੀਅਰ ਮੀਟ ਰੱਖੀ ਗਈ ਸੀ। ਸਿਰਫ ਆਗੂ ਸਾਹਿਬਾਨ ਸਾਡੇ ਜਿਹੜੇ ਇੱਥੇ ਹਲਕੇ ਦੇ ਨੇ ਉਹ ਪਹੁੰਚੇ ਨੇ ਅਤੇ ਕਿਉਂਕਿ ਜਿਹੜਾ ਕਰੋਨਾ ਦੇ ਦੌਰਾਨ ਕਾਲਿੰਗ ਕੰਪੇਨ ਆ ਕਾਫੀ ਸਾਥੀਆਂ ਨੇ ਵੱਧ ਚੜ ਕੇ ਜਿਹੜਾ ਅਮਰਗੜ੍ਹ ਦੇ ਵਿੱਚੋਂ ਵੀ ਕੁਝ ਹਿੱਸਾ ਲਿਆ ਉਹਨਾਂ ਨੂੰ ਥਾਪੜਾ ਦੇਣ ਲਈ ਉਹਨਾਂ ਨੂੰ ਹੱਲਾਸ਼ੇਰੀ ਦੇਣ ਲਈ ਸਾਡੇ ਆਗੂ ਸਾਹਿਬਾਨ ਜਿਹੜੇ ਕੋਰ ਕਮੇਟੀ ਦੇ ਚੇਅਰਮੈਨ ਨੇ ਪ੍ਰਿੰਸੀਪਲ ਬੁੱਧ ਰਾਮ ਜੀ ਉਹ ਪਹੁੰਚੇ ਨੇ ਅਤੇ ਹੋਰ ਸਾਰੇ ਸਾਡੇ ਅੱਜ ਕਾਫੀ ਸਾਥੀ ਨੇ ਜਿਹੜੇ ਕਿਉਂਕਿ ਅੱਜ ਦੁਨੀਆ ਦੇਖ ਰਹੀ ਹੈ ਸਾਰਾ ਭਾਰਤ ਦੇਖ ਰਿਹਾ ਵੀ ਇੱਕ ਕੇਜਰੀਵਾਲ ਸਾਹਿਬ ਇੱਕ ਮਿਸਾਲ ਉਹਨਾਂ ਨੇ ਪੈਦਾ ਕਰੀ ਹੈ ਵੀ ਜਿਨ੍ਹਾਂ ਨੇ ਗਰਾਊਂਡ 'ਤੇ ਵਾਕਿਆ ਹੀ ਕਰੋਨਾ ਦੇ ਦੌਰਾਨ ਕੰਮ ਕਰਿਆ, ਗਰੀਬ ਲੋਕਾਂ ਦਾ ਵੀ ਧਿਆਨ ਰੱਖਿਆ, 5-5 ਹਜ਼ਾਰ ਰੁਪਈਆ ਜਿਹੜੀ ਪੈਨਸ਼ਨ 2500 ਸੀ ਉਹ 5-5 ਹਜ਼ਾਰ ਕਰਕੇ ਖਾਤਿਆਂ 'ਚ ਪਾਈ, ਚਾਹੇ ਭਾਵੇਂ ਕੋਈ ਟੈਕਸੀ ਡਰਾਈਵਰ ਨੇ ਭਾਵੇਂ ਆਟੋ ਡਰਾਈਵਰ ਨੇ ਭਾਵੇਂ ਰਜਿਸਟਰਡ ਕਾਮੇ ਨੇ ਸਾਰਿਆਂ ਨੂੰ 5-5 ਹਜ਼ਾਰ ਰੁਪਈਆ ਦਿੱਤਾ ਔਰ ਵੱਡੇ ਪੱਧਰ 'ਤੇ ਉੱਥੇ ਟੈਸਟਿੰਗ ਵੀ ਹੋਈ ਆ ਅਤੇ ਸਰਕਾਰ ਪੰਜਾਬ ਦੇ ਤਾਂ ਹਾਲਾਤ ਨੇ ਜੀ। ਅਸੀਂ ਆਹ ਕਰੋਨਾ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਇੱਥੇ SDM ਦਫ਼ਤਰ ਇੱਕ ਮੰਗ ਪੱਤਰ ਦੇ ਕੇ ਆਏ ਸੀ, ਸੰਕੇਤਕ ਧਰਨਾ ਵੀ ਦਿੱਤਾ ਸੀ ਵੀ ਹਲਕਾ ਅਮਰਗੜ੍ਹ ਦੀ ਜੇ ਆਪਾਂ ਗੱਲ ਕਰੀਏ ਤਾਂ 4000 ਦੇ ਕਰੀਬ ਕਾਰਡ ਨੇ ਜਿਹੜੇ ਆਟਾ ਦਾਲ ਵਾਲੇ ਗਰੀਬਾਂ ਦੇ ਉਹ ਵੀ ਕੱਟਤੇ ਰਾਹਤ ਆ ਹਲਕਾ ਅਮਰਗੜ੍ਹ 'ਚੋਂ ਜੀ। ਉਹ ਇਕੱਲਾ 14 ਪਿੰਡ ਆ ਸਾਡੇ ਹਲਕੇ ਦਾ ਬੜਾ, 276 ਬੰਦਿਆਂ ਦੀ ਲਿਸਟ ਸਾਡੇ ਕੋਲ ਉੱਥੋਂ ਦੀ ਆਈ ਆ। ਇਸ ਤਰ੍ਹਾਂ ਬਹੁਤ ਪਿੰਡ ਨੇ ਜਿਨ੍ਹਾਂ 'ਚੋਂ 100-100 ਬੰਦੇ 40-40, 50-50 ਬੰਦੇ ਨੇ ਜਿਹੜੇ ਉਹਨਾਂ ਦੀਆਂ ਲਿਸਟਾਂ ਨੇ ਉਹ ਸਿਰਫ ਇਹ ਬਦਲਾਖੋਰੀ ਦੇ ਤਹਿਤ ਆ ਜਿਹੜੀ ਸਰਕਾਰ ਇਹ ਕੰਮ ਕਰ ਰਹੀ ਆ। ਤਾਂ ਸ਼ਰਮ ਦੀ ਗੱਲ ਆ, ਕੈਪਟਨ ਸਾਹਿਬ ਆਪਣੀਆਂ ਜਿਹੜੀਆਂ ਥੈਲਿਆਂ 'ਤੇ ਫੋਟੋਆਂ ਲਵਾਉਂਦੇ ਰਹੇ, ਰਾਸ਼ਨ ਲੋਕਾਂ ਤੱਕ ਪਹੁੰਚਿਆ ਹੈ ਨਹੀਂ, ਇਹੋ ਜਿਹੇ ਮੌਕੇ ਵੀ ਉਹ ਆਪਦੇ ਫੋਟੋਆਂ ਲਾ ਕੇ ਰਾਜਨੀਤੀ ਚਮਕਾ ਰਹੇ ਨੇ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ। ਔਰ ਇੱਥੋਂ ਦੇ ਜਿਹੜੇ ਵਿਧਾਇਕ ਨੇ ਉਹ ਬਿਲਕੁਲ ਨਾਕਾਮ ਨੇ, ਹਲਕੇ ਦੀ ਜਿਹੜੀ ਜਨਤਾ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਹੇ, ਉਹਨਾਂ ਦੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
कोरोना के दौरान भी बहुत सारा जिहड़ा लोड़वंद परिवार ने उन्हां तक राहत नहीं पहुंची। स्टार कैनेडा टीवी लई अमरगढ़ तो सुखविंदर सिंह अटवाल की रिपोर्ट।